ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਤੇ ਵੀਰੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਧੱਕਾ ਕਰਦੀ ਪਈ ਹੈ। ਜਦੋਂ ਚਿੱਟੇ ਦਾ ਚਿੱਟੇ ਦੀ ਗੱਲ ਕਰਦੇ ਉਦੋਂ ਇਹਨਾਂ ਕੋਲ ਚਿੱਟਾ ਦਬਾਇਆ ਨਹੀਂ ਜਾਂਦਾ। ਹੁਣ ਇਹਨਾਂ ਦੀ CID ਇੰਨੀ ਟਾਈਟ ਆ ਕਿ ਇਹਨਾਂ ਨੂੰ ਪਤਾ ਲੱਗ ਜਾਂਦਾ ਪਤਾ ਨਹੀਂ ਕਿੱਥੇ ਕਿੱਥੇ ਬੈਠੇ ਨੇ। ਸਾਨੂੰ 7-8 ਦਿਨਾਂ ਤੋਂ ਦੁਖੀ ਕੀਤਾ ਜਾ ਰਿਹਾ ਸੀ, ਕਿਉਂਕਿ ਅਸੀਂ ਪੋਸਟਾਂ ਪਾਈਆਂ ਹੋਈਆਂ ਸੀ ਕਿ 17 ਤਰੀਕ ਨੂੰ ਅੰਮ੍ਰਿਤਸਰ ਪਹੁੰਚੋ। ਅਤੇ ਉਸ ਤੋਂ ਬਾਅਦ ਸਾਡੀ ਜਿਹੜੀ ਕਾਫੀ ਮੀਟਿੰਗਾਂ ਹੋਈਆਂ ਮਾਲਵੇ ਦੇ ਇਲਾਕੇ ਵਿੱਚ ਵੀ, ਅਸੀਂ ਹਰੇਕ ਜਗ੍ਹਾ ਮਤਲਬ ਕਹਿ ਕੇ ਆਏ ਹਾਂ, ਮੀਟਿੰਗਾਂ ਕਰਕੇ ਆਏ ਹਾਂ। ਅਤੇ ਉਹ ਤੋਂ ਇਹਨਾਂ ਦੇ CID ਵਾਲੇ ਸਾਡੇ ਮਗਰ ਮਗਰ ਲੱਗੇ ਰਹੇ। ਅਤੇ ਇਸ ਕਰਕੇ ਦੱਸਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਸਾਡੇ ਨਾਲ ਧੱਕਾ ਹੋ ਰਿਹਾ। ਰਾਤ ਦੇ ਸਾਨੂੰ ਮਤਲਬ ਇਹ ਦੁਖੀ ਕਰਨ ਲੱਗੇ ਹੋਏ ਨੇ, ਕਦੇ ਸਾਨੂੰ ਮਤਲਬ ਥਾਣੇ ਸੱਦ ਲੈਂਦੇ ਨੇ, ਕਦੇ CA ਸੱਦ ਲੈਂਦੇ ਨੇ। ਮਤਲਬ ਮੈਂ ਅੱਜ ਹੁਣ ਤੱਕ ਕਿਸੇ ਨੂੰ ਅੱਗੇ ਗੱਲ ਨਹੀਂ ਕੀਤੀ ਕਿ ਚਲੋ ਕੋਈ ਗੱਲ ਨਹੀਂ ਹੈ ਯਾਰ, ਇਹ ਮਾਮੂਲੀ ਜੀ ਗੱਲ ਹੈ ਜੀ, ਅਸੀਂ ਉਹਨੂੰ ਨਹੀਂ ਕਰਦੇ। ਪਰ ਜਦੋਂ ਇਹ ਜ਼ਿਆਦਾ ਸਿਰ ਤੋਂ ਪਾਣੀ ਲੰਘਿਆ ਉਦੋਂ ਇਹ ਦੱਸਣਾ ਪੈ ਰਿਹਾ। ਰਾਤੀ ਸਾਨੂੰ ਦੁਖੀ ਕੀਤਾ ਗਿਆ, ਰਾਤੀ ਜਾ ਕੇ ਸਾਨੂੰ 12 ਵਜੇ ਛੱਡਿਆ ਗਿਆ। ਉਸ ਤੋਂ ਬਾਅਦ ਹੁਣੇ ਸਵੇਰੇ ਸੱਜਰੇ ਸਾਡੇ ਨਾਲ ਇਹ ਚੀਜ਼ ਹੋਈ ਆ, ਮਤਲਬ ਇਹ ਧੱਕਾ ਹੋ ਰਿਹਾ ਹੁਣ। ਅਤੇ ਤੁਸੀਂ ਦੇਖੋ ਕਿ ਅਸੀਂ ਅੰਮ੍ਰਿਤਸਰ ਸਾਹਿਬ ਸਾਡੇ ਕਾਫਲਾ ਜਾ ਰਿਹਾ, ਉੱਥੇ ਵੀ ਸਾਡੇ ਨੌਜਵਾਨ ਘਰੋਂ 2 ਚੱਕੇ ਗਏ ਪੰਜਾਬ ਸਿੰਘ ਟੀਮ ਤੋਂ। ਅਤੇ ਇਸ ਕਰਕੇ ਦੱਸਣਾ ਚਾਹੁੰਦੇ ਹਾਂ ਕਿ ਇਹ ਬਹੁਤ ਧੱਕਾ ਆ, ਕਿਉਂਕਿ ਇਹ ਸਾਡਾ ਅਧਿਕਾਰ ਆ। ਅਸੀਂ ਪੰਥਕ ਇਕੱਠ ਆ, ਅਸੀਂ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੇ ਮਾਤਾ ਉਹਨਾਂ ਦੇ ਭੁੱਖ ਹੜਤਾਲ 'ਤੇ ਬੈਠੇ ਨੇ, ਉਹਨਾਂ ਦੇ ਹੱਕ ਦੇ ਵਿੱਚ ਜਾ ਰਹੇ ਹਾਂ। ਕਿਉਂਕਿ ਜੇ ਅਸੀਂ ਇਕੱਠੇ ਨਾ ਹੋਏ ਤਾਂ ਕੋਈ ਨਹੀਂ ਹੋਊਗਾ। ਇਸ ਕਰਕੇ ਮੈਂ ਦੱਸਣਾ ਚਾਹੁੰਦਾ ਲੋਕਾਂ ਨੂੰ, ਜਿਹੜੀ ਮੇਰੀ ਵੀਡੀਓ ਪਹੁੰਚਦੀ ਹੋਵੇ ਲੋਕਾਂ ਤੱਕ, ਕਿ ਤੁਸੀਂ ਜੇ ਸਿੱਧਾ ਨਹੀਂ ਜਾਣਾ ਤਾਂ ਵਿੱਚੋਂ ਵਿੱਚ ਦੀ ਜਾਓ, ਕਿਉਂਕਿ ਇਹਨਾਂ ਨੇ ਨਾਕੇ ਥਾਂ ਥਾਂ ਲਾਏ ਹੋਏ ਨੇ, ਪਿੰਡਾਂ ਦੇ ਵਿੱਚ ਵੀ ਨਾਕੇ ਲਾਏ ਹੋਏ ਨੇ। ਧਿਆਨ ਰੱਖਿਓ, ਕਿਉਂਕਿ ਕਿੱਥੇ ਸਿਵਲਵਾਦੀ 'ਚ ਵੀ ਖੜ੍ਹੇ ਨੇ, ਪਤਾ ਨਹੀਂ ਕਿੱਥੋਂ ਦੀ ਪੁਲਿਸ ਆ, ਕੋਈ ਪਤਾ ਨਹੀਂ ਲੱਗ ਰਿਹਾ ਕਿ ਇਹ ਕੌਣ ਲੈ ਕੇ ਜਾ ਰਿਹਾ, ਕਿੱਥੇ ਲੈ ਕੇ ਜਾ ਰਿਹਾ। ਜਦੋਂ ਅਸੀਂ ਇਹ ਫੋਨ ਕਰਦੇ ਹਾਂ, ਕਿੱਥੇ ਪਹਿਲੇ ਅਸੀਂ ਨੌਜਵਾਨਾਂ ਨੂੰ ਛੁਡਾਉਣ ਲਈ ਫੋਨ ਕਰਦੇ ਸੀ, ਹੁਣ ਅਸੀਂ ਆਪ ਫਸੇ ਹੋਏ ਹਾਂ। ਇਸ ਕਰਕੇ ਦੱਸਣਾ ਚਾਹੁੰਦਾ, ਵੀਡੀਓ ਬਣਾਉਣ ਦਾ ਮੌਕਾ ਮਿਲਿਆ ਸੀ, ਇਸ ਕਰਕੇ 2 ਮਿੰਟ ਲਈ ਵੀਡੀਓ ਬਣਾ ਦੇ, ਕੀ ਪਤਾ ਇਹ ਕਿੱਥੇ ਲੈ ਕੇ ਜਾਣ ਕਿੱਥੇ ਨਹੀਂ। ਅਤੇ ਇਸ ਕਰਕੇ ਦੱਸਣਾ ਚਾਹੁੰਦੇ ਹਾਂ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਇਹ ਪੰਜਾਬ ਪੁਲਿਸ ਦਾ ਬਹੁਤ ਧੱਕਾ, ਜੇ ਕੱਲ੍ਹ ਨੂੰ ਕੁਛ ਮੈਨੂੰ ਹੁੰਦਾ ਇਹਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਹੋਊਗੀ। ਅਤੇ ਇਸ ਕਰਕੇ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਧੱਕਾ ਹੋ ਰਿਹਾ, ਅਤੇ ਇਹ ਬਿਲਕੁਲ ਗਲਤ ਆ। ਅਤੇ ਇਸ ਕਰਕੇ ਸਾਰੇ ਵੀਡੀਓ ਨੂੰ ਸ਼ੇਅਰ